ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਸਾਡੇ ਯੂਟਿਊਬ ਚੈਨਲ PB08 ਕਮੈਨ 'ਤੇ। ਅਤੇ ਅੱਜ ਤਰੀਕ ਹੈ ਜੀ 8 ਅਕਤੂਬਰ, ਅਤੇ ਆਪਾਂ ਥਾਂ ਵੱਢਦੇ ਸੀਗੇ ਅੱਜ, ਆੜਾ ਵੱਢਿਆ ਮੈਂ ਆਹ ਥਾਂ, ਹੁਣ ਦੂਜੇ ਟਾਕੇ ਲਾਈ ਹੋਈ ਆ, ਸ਼ਾਮ ਹੋ ਗਈ ਸੀਗੀ। ਬਾਕੀ ਹਜੇ ਕੰਮ ਠੰਡਾ ਠੰਡਾ ਹੀ ਚੱਲਦਾ ਵਾ, ਆਪਣੀ ਇੱਕ ਮਸ਼ੀਨ ਚੱਲਣੀ, ਦੂਜੀ ਵਿੱਚ ਤਿਆਰ ਤਾਂ ਹੈਗੀ ਪਰ ਹਜੇ ਚਲਾਈ ਨਹੀਂ ਆਪਾਂ, ਹਿਸਾਬ ਹਿਸਾਬ ਜੀ ਨਹੀਂ ਆ ਹਜੇ ਝੋਨਾ, ਇਹ ਮੰਡੀ ਆਪਣੇ ਖੁੱਲ੍ਹੀਆਂ ਨਹੀਂ ਹਜੇ, ਜਿੰਨਾ ਵੀ ਝੋਨਾ ਵੱਢਿਆ ਅੱਗੇ ਸਾਰਾ ਮੰਡੀ ਅਜੇ ਪਿਆ ਹੋਇਆ ਵਾ। ਹਜੇ ਆਹ ਥਾਂ ਥੋੜ੍ਹਾ ਗਿੱਲਾ ਸੀਗਾ, ਇੱਧਰ ਵੱਢ ਕੇ ਗਏ, ਆਪਾਂ ਮੱਕੜ ਜਿਹੇ ਬੜੇ ਉੱਤੇ ਆਹ ਥਾਂ ਥੋੜ੍ਹਾ ਗਿੱਲਾ ਸੀਗਾ। ਅੱਜ ਨਾ ਟੱਕ ਕੇ ਲਾਈ ਆ ਹਜੇ ਢਾਈ ਕਿੱਲੇ, ਹੋਰ ਮੈਂ ਲੱਗਾ ਹੋਇਆ ਚਲਾਉਣ ਮਸ਼ੀਨ। ਬਾਕੀ ਆਹ ਜਿਹੜਾ ਦੋ ਟੱਕ ਗਿਆ, ਇੱਥੇ ਸਿੱਧੀ ਵਾੜੀ ਮਸ਼ੀਨ ਹੈ। ਬਾਕੀ 26 ਝੋਨਾ ਵਾ, ਝਾੜ ਦਾ ਠੀਕ ਹੀ ਲੱਗਦਾ ਵਾ, ਇੱਕ ਟਰਾਲੀ ਭਰ ਗਈ, ਇੱਕ ਹੋਰ ਭਰ ਜਾਂਦੀ ਵਾ, ਨੇੜੇ ਹੀ ਆ। ਬਾਕੀ ਵੱਧ ਤੋਂ ਵੱਧ 2-3 ਮਿੰਟ ਦੀ ਵੀਡੀਓ ਹੋਊਗੀ, ਜੋ ਆਪਣਾ ਐਡੀਟਿੰਗ ਵਾਲਾ ਜਿਹੜਾ ਹੈਗਾ ਉਹ ਸਿਸਟਮ ਜਿਹਾ ਖਰਾਬ ਹੋ ਗਿਆ ਸੀਗਾ, ਉਹ ਪੇਜ ਦਾ ਡਾਊਨਲੋਡ ਕਰਨਾ ਦੁਬਾਰਾ। ਬਾਕੀ ਆ ਵੜਦੀ ਮਸ਼ੀਨ, ਚੌਥਾ ਜਿਹੜਾ ਆਉਣ ਰਿਹਾ ਵਾ, ਆਹ ਵੱਢ ਗਈ ਸੀ ਆਪਣੀ ਮਸ਼ੀਨ ਖਰੀਦੀ ਆ। ਬਾਕੀ ਕੱਲ੍ਹ ਨੂੰ ਦੇਖਦੇ ਕਿਹਦਾ ਵੱਢ ਦੇਗਾ, ਮੰਡੀਆਂ ਦਾ ਚੱਕਰ ਵਾ, ਮੰਡੀ ਚੱਕਰ ਨਹੀਂ ਰਹੀ ਝੋਨਾ। ਅੱਗੇ ਇੱਕ ਦਿਨ ਆਪਾਂ ਵੱਢ ਕੇ ਗਏ ਅਤੇ ਵੱਢਿਆ ਵਾ 3-4 ਦਿਨਾਂ ਪਹਿਲਾਂ, ਉਹ ਵੀ ਝੋਨਾ ਉਹਦੇ ਪਿਆ ਘਰ ਹਜੇ ਉਹਦੇ ਮੁੰਡੇ ਦੇ ਟਰਾਲੀ ਵਾਲੀ। ਬਾਕੀ ਜਿੱਦਾਂ ਅੱਜ ਤੱਕ ਕਿਤੇ ਕਦੋਂ ਗਿੱਲਾ ਵਾ, ਮੀਂਹ ਮੂੰਹ ਜੇ ਪਈ ਜਾਂਦੇ ਆ, ਸਿੱਲਾ ਵਾ ਥਾਂ, ਹੁਣ ਇੱਥੇ ਹਲੀ ਆ ਜੀ ਆ ਪਈਆ ਵਾ, ਵਧੀਆ ਲੱਗੀ। ਬਾਕੀ ਲਗਭਗ ਹਜੇ ਸਾਰਾ ਏਰੀਆ ਖੜਾ ਹੀ ਆ, ਹਰਿਆਈ ਆ ਮਾਰਦਾ। ਹਾਂ ਥਾਂ ਠੀਕ ਹੀ ਆਹੀ ਸੀ ਜਿਹੜਾ ਜ਼ਮੀਨ ਵਾਲਾ ਥੱਲੇ ਵਾਲਾ ਕੀਤਾ ਗਿਆ, ਬਾਕੀ ਤਾਂ ਬਾਕੀ ਜੀ ਆਪਣਾ ਆਹ ਏਰੀਆ ਸਾਰਾ ਹੀ ਝੋਨਾ ਇਹ ਖੜਾ ਵਾ, ਆਪਾਂ ਹੀ ਆਹ ਆਹ ਇੱਥੇ ਲਾਇਆ ਟੱਕ ਪਹਿਲਾਂ ਆਹ ਪਿੰਡ ਵੀ, ਅਤੇ ਆਸੇ ਪਾਸੇ ਕਿਤੇ ਨਹੀਂ ਵੱਢਿਆ ਹੋਇਆ ਝੋਨਾ। ਬਾਕੀ SMS ਨਾਲ ਚੱਲਣੀ ਮਸ਼ੀਨ, ਉੱਦਾਂ ਹੀ SMS ਨਾਲ ਵੀ ਚੱਲਦੀ ਪਈ ਆ, ਕਿਉਂਕਿ ਅੱਜ ਕਾਨੂੰਨ ਬਹੁਤ ਸਖਤ ਕੀਤੇ ਹੋਏ ਆ, ਆਹ ਬੁੱਕ ਲੱਗਣੀ ਨਹੀਂ ਇਹਨਾਂ ਨੇ, ਬਾਏ ਮਲਚਰ ਮਾਰਨਾ ਲਾਉਣੇ ਤਾਂ ਚਲੋ ਇਹਨਾਂ ਨੇ ਕਣੀ ਕੀ ਆ, ਸੁਪਰ ਹੀਟਰ ਚੱਲੂਗਾ। ਆਲੂ ਵਾਲੇ ਪਹਿਲਾਂ ਜ਼ਿਆਦਾ ਕਰਾਉਣੇ ਉਹਨੇ ਸਮਾਂ, ਇਹਨਾਂ ਹੁਣ ਕਣਕ ਵਾਲੇ ਵੀ ਲੱਗ ਗਏ ਆ। ਬਾਕੀ ਇਹਨਾਂ ਦਾ ਉਹ ਉੱਧਰ ਮੈਂ ਉਹ ਦੇਖਦੇ ਹੁਣ ਕਿੱਦਣ ਵੱਢ ਹੁੰਦਾ, ਆਹ ਵੀ ਇਹਨਾਂ ਦਾ ਹੀ ਆ, ਇਹ ਹੈਗਾ 131 ਝੋਨਾ, ਇਹ ਹਜੇ ਜਦੋਂ ਥੋੜ੍ਹਾ ਹਰਾ ਵਾ, ਇਹਨੇ ਲੈ ਜਾਣੇ 1.5-2 ਹਫ਼ਤੇ ਲੈ ਜਾਣੇ ਝੋਨੇ ਨੇ। ਬਾਕੀ ਆਹ ਵੱਢਦੇ ਪਏ ਆ, ਚਲੋ ਠੀਕ ਆ, ਬਾਕੀ ਤੁਹਾਨੂੰ ਅੱਗੇ ਦਿਖਾਵਾਂਗੇ, ਮਿਲਦੇ ਹੈਗੇ ਹੋਰ ਵੀਡੀਓ 'ਚ, ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰਿਓ, ਅਤੇ ਧੰਨਵਾਦ।